ਚੰਡੀਗੜ੍ਹ ਮੈਂ ਮੈਨੂੰ ਕਹਿ ਰਹੇ ਆ ਜਾ ਮੈਂ ਕਿੱਥੇ ਤੇ ਆ ਜਾ ਮੈਂ ਵੀ ਤਾਂ ਦੇਖ ਕੇ ਚੱਲਾਂ ਜੀ ਹੁਣ ਚਲੋ ਚੱਲਦੇ ਠੀਕ ਹੈ ਇੱਕ ਦੋ ਪਤਾ ਗਾ ਉਹ ਬਚ ਲੈਣ ਦੇ ਬੜਾ ਵਧੀਆ ਸੀ ਕਰੀਮੀ ਕੰਪਨੀ ਵਾਲੀ ਮੈਜਿਕ ਕਰੀਮ ਤਿੰਨ ਅਤੇ ਤਿੰਨ ਚਾਰ ਸੱਤ ਪੇਟੀਆਂ ਖੋਲਣੀਆਂ ਸੱਤ ਪੇਟੀਆਂ ਸਟੋਕ ਮੈਂ ਆਪਣੇ ਕੋਲ ਪਿਛਲੀ ਵਾਰ ਕੇ ਸਾਹਿਬ ਦੇ ਪਾਇਆ ਕਿ 2000 ਪੀਸ ਲਿਆਏ ਪਰ ਵਾਧੂ ਹੈ 2000 ਹੋਣਾ ਨਹੀਂ ਬੰਦਾ ਪਰ ਬੰਦਾ ਹੋਊਗਾ ਸਾਰਾ 700-800 ਪਰ ਆਪਾਂ ਡਬਲ ਵੀ ਦੇ ਦਾਂਗੇ ਕੋਈ ਚੱਕਰ ਨਹੀਂ ਆਵੇਗੀ ਫੁੱਲ ਕਿਰਪਾ ਬਾਬੇ ਦੀ ਆਵੇਗੀ ਅੱਠ ਮੋਮਬੱਤੀਆਂ ਬਾਲਦੀਆਂ ਤੇ ਪੰਜ ਦੀਵੇ ਬਾਲਦੀਆਂ ਵੀ ਫੜਾ ਹਾਂ ਤੁਹਾਨੂੰ ਤਾਂ ਫੜ ਚੱਲ ये देखो गाइस तो हमने सारा सजा दिया एक यहाँ है और एक यहाँ है एक ये रहा और एक एक ये मोमबत्ती एक ये और एक ये दोनों है सुगाइस और एक ये भी है अरे गाइस ये है पर एक गाइस ये तब जाके दिखाती हूँ पीछे आपको कि पीछे क्या बनाया पीछे भी मैंने बनाया है पर पीछे बरखा ये रहा
और ये रहा, और ये रहा, ये रहा। तो गाइस बाकी आपको बताएंगे पापा, तो भी गए हैं पापा वॉशरूम, तो आप कुछ भी कर सकते हैं। तो ठीक है गाइस, बाकी हम बाद में बात करेंगे। तो हाँ जी मित्रों, क्या हाल है जी, गुड मॉर्निंग है जी थोड़ी सवेरे सवेरे। ਆ ਦੇਖੋ ਕਿੱਥੇ ਆਏ ਹਾਂ ਅਸੀਂ, ਸਵੇਰੇ ਸਵੇਰੇ ਅਸੀਂ ਆਏ ਹਾਂ ਬਾਬਾ ਜੀ ਦੀ ਦਰਗਾਹ 'ਤੇ ਸਵੇਰੇ ਸਵੇਰੇ। ਸਾਡੀ ਪਰਗੁਣ ਬਹੁਤ ਉਲਝ ਗਈ, ਇਸ ਕਰਕੇ ਬਾਬਾ ਜੀ ਦੇ ਉੱਤਰ ਗਏ ਅੱਜ ਵੀਰਵਾਰ ਹੈ, ਆਉਣਾ ਸੀ ਆਪਾਂ ਸ਼ਾਮ ਨੂੰ ਪਰ ਆਪਾਂ ਸਵੇਰੇ ਹੀ ਆ ਗਏ। ਚਲੋ ਬਾਬਾ ਜੀ ਕਹਿੰਦੇ ਆ ਜਾਓ ਕੋਈ ਨਹੀਂ, ਅਤੇ ਚਲੋ ਚੱਲਦੇ ਹਾਂ ਪਰਗੁਣ ਲੈ ਕੇ। ਦੇਖੋ ਜੀ ਸਵੇਰੇ ਸਵੇਰੇ 10 ਵਜੇ ਸਾਡੇ ਨੂੰ ਦੱਸ ਕੋਈ ਖਾਲੀ ਗਿਲਾਸ ਲੈਣਾ ਪੈ ਜੂਗਾ ਫੁਲਟਾਣਾ ਸਾਰੇ ਮਾਰਕੀਟ ਮੰਦਰ ਮਿਲ ਗਏ, ਉਹ ਬਾਈ ਚੰਦਰੀ ਉਹ ਰਾਮ ਮੰਦਰ ਉਦਘਾਟਨ ਉਹਦੇ ਕਰਕੇ ਲੱਗਿਆ ਹੋਈਆਂ ਸਾਰੇ ਚ ਲੜੀਆਂ ਚੀਜ਼ਾਂ ਲੱਗਦੀਆਂ ਫੁਲਟਾਣੇ ਚ ਬਾਈ, ਸਾਰੀ ਫਰਨੀਚਰ ਮਾਰਕੀਟ ਹੈ ਸਾਰਿਆਂ ਨੇ ਰਾਮ ਮੰਦਿਰ ਕਰਕੇ ਲੱਗੀ ਆ ਸਾਰੀਆਂ ਬਲਟਾਣੇ ਚ ਰਹੇ ਬੰਦਾ ਸਾਰੇ ਹੀ ਆ। ਦੇਖੋ ਕਿ ਹੋਰ ਤਾਂ ਕੋਈ ਇਸ ਟਾਈਮ ਹੈ ਨਹੀਂ, ਕੋਈ ਦੀਵਾਲੀ ਨਹੀਂ ਕੁਛ ਨਹੀਂ, ਇਹ ਰਾਮ ਮੰਦਿਰ ਕਰਕੇ ਲੱਗੀਆਂ ਨੇ ਸਾਰੀ ਮਾਰਕੀਟ ਸਜੀ ਹੋਈ ਆ, ਫਰਨੀਚਰ ਮਾਰਕੀਟ ਪਈ ਚੰਡੀਗੜ੍ਹ ਵੀ ਲੱਗੀ ਹੋਈ ਸੀ 26 ਮੰਡੀ 'ਚ, ਸਾਰੀ ਮੰਡੀ 'ਚ ਉੱਥੇ ਵੀ ਬੰਦੇ ਕਿਹਾ ਉਹਨੇ ਸਰ। ਦੇਖਿਓ ਟਾਈਮ ਹੋਇਆ ਜੀ 10 ਵਜੇ ਨਾ, ਅੱਜ ਤਰੀਕ ਹੈਗੀ ਹੈ ਕਿੰਨੀ ਤਰੀਕ, ਅੱਜ ਆਪਣੀ 18 ਤਰੀਕ ਹੈ ਨਾ, 18 ਤਰੀਕ 10 ਵਜੇ, ਮਤਲਬ ਅੱਜ ਸਵੇਰ ਤੋਂ ਧੁੱਪ ਤੀ, ਅੱਜ ਮਤਲਬ ਜਮ੍ਹਾਂ ਧੁੰਦ ਨਹੀਂ ਸੀ, 7 ਵਜੇ ਤੋਂ ਧੁੱਪ ਸੀ ਅਤੇ ਹਵਾ ਚੱਲ ਰਹੀ ਸੀ, ਹੁਣ ਦੇਖਿਓ ਧੁੰਦ ਕਿਆ ਨੇਰ ਘੁੱਪ ਹੋਇਆ। ਅੱਜ ਮੇਰੇ ਗੁਰਦੁਆਰੇ ਪ੍ਰੋਗਰਾਮ ਸੀਗਾ 18-19 ਦੋ ਦਿਨ ਉਹ ਆਏ ਹੋਏ ਕਥਾ ਬਾਤ 'ਚ, ਕਿ ਕੌਣ ਹੈ ਬਾਬਾ ਜੀ
ਕੋਈ ਹੁਣੇ ਭੋਗ ਪੈ ਗਿਆ ਟਿਆ 10 ਵਜੇ 8 ਤੋਂ 10 ਦੋ ਘੰਟੇ ਦਾ ਅਤੇ ਧੁੰਦ ਦੇਖਿਓ ਹਵਾ ਦੱਬ ਗਈ ਹੁਣ ਤਾਂ ਹਾਲੇ ਜਦ ਮੈਂ ਥੋੜ੍ਹੀ ਦੇਰ ਪਹਿਲਾਂ ਘੰਟਾ ਦੋ ਘੰਟਾ ਪਹਿਲਾਂ ਜਾਂ ਪਰਗੁਣ ਦਵਾਈ ਦਵਾ ਕੇ ਲਿਆ 7:30 ਵਜੇ ਜਦ ਤੋਂ ਹਵਾ ਚੱਲ ਰਹੀ ਸੀ ਧੁੰਦ ਇੱਕ ਲਾਤ ਆਈ ਦੀ ਹੁਣ ਥੋੜ੍ਹੀ ਘੱਟ ਗਈ ਫਿਰ ਵੀ ਔਰ ਸਵੇਰੇ ਦੇਖਿਓ ਹੁਣ ਕਿਉਂਕਿ ਅੱਜ ਧੁੱਪ ਸੀ ਨਾ ਸਵੇਰੇ ਪੂਰੀ ਧੁੰਦ ਰੁਕ ਗਿਆ ਦੇਖੋ ਟਾਈਮ ਅਜੇ 10 ਵਜੇ ਅਤੇ ਆਹ ਦੇਖੋ ਜੀ ਡੇਟ ਹੈਗੀ ਹੈ 18/19 ਸ਼ੁੱਕਰਵਾਰ 10:30 ਮੈਂ ਕਹਿ ਰਿਹਾ ਆਫਿਸ ਦੇ ਮੌਸਮ ਦੀ ਰਾਤ ਹਵਾ ਚੱਲ ਰਹੀ ਸੀ ਹਵਾ ਕਰਕੇ ਤਾਂ ਦੇਖਿਓ ਤਾਂ ਘੱਟ ਗਈ ਹੁਣ ਤਾਂ ਬਹੁਤ ਘੱਟ ਹੈ ਇਹ ਰਾਤ ਬਹੁਤ ਜ਼ਿਆਦਾ ਆ ਗਈ ਸੀ 10 ਮਿੰਟ ਤਾਂ ਕੁਛ ਵੀ ਦੇਖ ਰਿਹਾ ਸੀ ਹੁਣ ਤਾਂ ਸਵੇਰੇ ਹਵਾ ਨਹੀਂ ਹੈ ਨਾ ਤਾਂ ਕਰਕੇ ਘੱਟ ਗਈ ਠੰਡ ਹੈਗੀ ਆਪਾਂ ਚੱਲੇ ਹਾਂ ਸਾਹਿਬ ਪੱਟੀ ਆਪਾਂ ਤਸੀਲ ਜਾਣਾ ਸਾਡਾ ਇੱਕ ਜਾਣਾ ਹੈ ਅਤੇ ਡਾਕੂਮੈਂਟ ਪੂਰੇ ਕਰਨੇ ਆ ਪਹਿਲਾਂ ਜਾ ਕੇ ਤਸੀਲ ਚੱਲਦੇ ਹਾਂ ਬਸ ਜਾ ਕੇ ਬੰਦੇ ਨੂੰ ਕਾਲ ਕਰਿਆ ਸੀ ਪਹਿਲਾਂ ਕਰ ਲਾਂਗੇ ਹਾਲ ਅਤੇ ਆਪਾਂ ਚੱਲਦੇ ਹਾਂ ਪਹਿਲਾਂ ਦਫ਼ਤਰ ਦਫ਼ਤਰ ਤੋਂ ਸਮਾਨ ਲੈ ਇੱਕ ਤਾਂ ਧੂਪ ਦਾ ਡੱਬਾ ਵਾ ਪਾਠ ਸਾਡੇ ਪਿੰਡ ਪਾਠ ਸੀਗਾ ਨਾ ਉੱਥੇ ਰੱਖਿਆ ਹੋਇਆ ਸੀਗਾ ਮੈਂ ਤੁਹਾਨੂੰ ਉੱਤੇ ਧੂਪ ਦੇ ਇੱਕ ਦਫ਼ਤਰ ਲਈ ਅਤੇ ਘਰ ਵਾਲਾ ਘਰ ਰੱਖਿਆ ਤਾਂ ਦਫ਼ਤਰ ਵਾਲਾ ਦਫ਼ਤਰ ਲੈ ਚੱਲਿਆ ਟੌਰਚ ਹੈ ਬੇਟਾ ਵੀਡੀਓ ਬਣੂਗੀ ਹਲੇ ਫਿਰ ਹਲੇ ਗਾਇਸ ਮੈਂ ਵੀ ਬਗੜੂੰਗੀ ਮੈਂ ਦੋਨੋਂ ਕਿਵੇਂ ਬਗੜੂੰਗੀ ਗਾਇਸ ਹਮ ਯਹਾਂ ਸੇ ਨਿਕਾਲ ਰਹੇ ਆ ਪਰਗੁਨ ਕੀ ਜੈਕਟ ਹਮ ਯਹਾਂ ਸੇ ਨਿਕਾਲ ਰਹੇ ਆ ਪਰਗੁਨ ਕੀ ਜੈਕਟ ਹਮਾਰੇ ਇਸ ਰੂਮ ਮੇ ਨਾ ਇਨਵਰਟਰ ਕਨੈਕਸ਼ਨ ਨਹੀਂ ਹੈ ਹਮਨੇ ਕਟਵਾ ਦਿਆ ਥਾ ਤੋ ਇਨਵਰਟਰ ਤੋ ਹੈ ਹਮਾਰੇ ਘਰ ਪੇ ਲੇਕਿਨ ਕਨੈਕਸ਼ਨ ਇਸ ਰੂਮ ਮੇ ਹੈ ਨਹੀਂ ਇਹ ਤੋਰੀ ਮੇਰੇ ਫੇਵਰੇਟ ਹੈ ਇਹ ਨਿਕਾਲਨੀ ਹੈ ਗਾਇਸ ਕੋ ਦਿਖਾਓ ਨਾ ਗਾਇਸ ਇਹ ਦੇਖੋ ਇਹ ਦੇਖੋ ਇਹ ਦੇਖੋ ਇਹ ਤੋ ਮੈਂ ਆਪਕੋ ਬੋਲ ਰਹੀ ਥੀ ये देखो गाइस इस बेड में है परगुन का पिटारा ये देखो ये भी परगुन की है ये भी परगुन की ये भी सारा परगुन का है तो हम ये निकाल लेते हैं गाइस चलो गाइस अब हमने जल्दी घुमा लिया हमारा गाइस दो जी अंकल आ गए हैं मैं दूध लगवा के लाता हूं गाइस लाडो जल्दी आओ रे आ जा लाडो चल पुत लाडो दे दो छी आओ रे लाडो फोन दे गाइस ਤੁਹਾਨੂੰ ਮੈਂ ਆਪਣਾ ਮਿਲਕ ਮੈਨ ਦਿਖਾਉਂਦਾ ਗਾਈਸ ਸਾਡਾ ਪਹਿਲਾਂ ਦੇਖ ਲਈਏ ਵੀ ਸਾਡਾ ਹੀ ਮਿਲਕ ਮੈਨ ਹੈ ਉਹ ਕਹੂਰ ਦਾ ਗਾਈਸ ਆ ਦੇਖੋ ਮੌਸਮ ਠੰਡਾ ਠੰਡਾ ਬਦਲ ਹਾਂ ਉਹ ਸਾਡਾ ਮਿਲਕ ਮੈਨ ਹੈ ਗਾਈਸ ਅਤੇ ਲਵਲੀ ਗਾਈਸ ਚਲਦੇ ਹਾਂ ਮਿਲਕ ਮੈਨ ਕੇ ਪਾਸ ਮੈਨ ਅੰਕਲ ਸੋਰੀ ਮੈਂ ਵੀਡੀਓ ਨਹੀਂ ਬਣਾਈ ਆ ਦੇਖੋ ਪਰੀ ਰਾਣੀ ਦੇ ਪਾਦੀ ਜੈਕਟ ਪਰੀ ਰਾਣੀ ਕਰਦੀ ਰੇਡੀ ਆਪਾਂ ਜਾਣਾ ਗੁਰਦੁਆਰਾ ਸਾਹਿਬ ਕੋਈ ਬਾਤ ਨਹੀਂ ਦਸਤਾਨੇ ਪਾ ਲਏ ਨਾ ਜਰਾਬਾ ਚੱਲ ਉੱਥੇ ਗੁਰਦੁਆਰਾ ਸਾਹਿਬ 'ਚ ਖੋਲ ਦਾਂਗੇ ਅਤੇ ਚਲੋ ਮੈਂ ਲਿਆ ਦੁੱਧ ਚੱਲੀਏ ਚਲ ਗੁਡ ਬਾਏ ਜੀ ਬਾਏ ਕਰੋ ਜੀ ਬਾਏ Thank you.